ਦੀ ਕ੍ਰਿਤ ਨੂੰ ਵੇਖਦੀ ਹੈ, ਮਾਨਸਿਕ ਕਰਮ ਨੂੰ ਨਹੀਂ, ਦੇਖ ਵੀ ਨਹੀਂ ਸਕਦੀ। ਤੁਸੀਂ ਇੱਥੇ ਸੋਚਦੇ ਕੀ ਪਏ ਹੋ ਮੈਨੂੰ ਕੀ ਪਤਾ, ਮੈਂ ਇੱਥੇ ਸਟੇਜ 'ਤੇ ਬੈਠਿਆ ਜਾਂ ਗੁਰਦੁਆਰੇ ਬੈਠੇ ਹੋਇਆ ਕੀ ਸੋਚ ਰਿਹਾ ਸੀ ਤੁਹਾਨੂੰ ਕੀ ਪਤਾ। ਮਾਨਸਿਕ ਕਰਮ ਤੱਕ ਸਮਾਜ ਦੀ ਕਾਨੂੰਨ ਦੀ ਪਹੁੰਚ ਨਹੀਂ ਹੈ, ਕ੍ਰਿਤ ਤੱਕ ਪਹੁੰਚ ਹੈ। ਜਦ ਉਹ ਮਾਨਸਿਕ ਕਰਮ ਜੋ ਵਿਚਾਰ ਦੇ ਰੂਪ ਵਿੱਚ ਆਉਂਦਾ ਹੈ, ਜਦ ਤਨ ਅਤੇ ਕ੍ਰਿਤ ਦੇ ਰੂਪ ਵਿੱਚ ਪ੍ਰਗਟ ਆਉਂਦਾ ਹੈ, ਉਹ ਸਮਾਜ ਨੂੰ ਦਿਖਾਈ ਦਿੰਦਾ ਹੈ ਕਰਦਾ ਕੀ ਪਿਆ, ਇਹਦੀ ਕ੍ਰਿਤ ਕੀ ਆ। ਐਸਾ ਵੀ ਹੋ ਸਕਦਾ ਹੈ ਕ੍ਰਿਤ ਬੜੀ ਚੰਗੀ ਕਰ ਰਿਹਾ, ਉਸ ਵਿੱਚ ਮਨ ਨਹੀਂ ਹੈ, ਮਨ ਇਨਕਾਰੀ ਹੈ। ਅਤੇ ਮਨ ਇਨਕਾਰੀ ਹੈ ਤਾਂ ਫਿਰ ਚੰਗੀ ਕ੍ਰਿਤ ਕਿਉਂ ਕਰ ਰਿਹਾ? ਸਮਾਜ ਲਈ ਕਰ ਰਿਹਾ, ਸਮਾਜ ਚੰਗਾ ਚੰਗਾ ਆਖੇਗਾ, ਲੋਕੀ ਚੰਗਾ ਚੰਗਾ ਆਖਣਗੇ। ਸਮਾਜ ਦੇ 'ਚ ਰਹਿਣਾ ਹੈ ਤੂੰ ਕਮ ਸੇ ਕਮ ਸਮਾਜ ਚੰਗਾ ਚੰਗਾ ਆਖੇ। ਬੜੇ ਧਿਆਨ ਨਾਲ ਸੁਣਨਾ, ਦੁਨੀਆ ਭਰ ਦੇ ਆਤਮਦਰਸ਼ੀ ਕਹਿੰਦੇ ਨੇ ਜੋ ਬਹੁਤ ਸਮਾਜ ਦੀ ਦ੍ਰਿਸ਼ਟੀ ਚੰਗਾ ਬਣਨ ਦੀ ਕੋਸ਼ਿਸ਼ ਕਰਦਾ ਹੈ, ਅਕਸਰ ਦੇਖਿਆ ਗਿਆ ਪਰਮਾਤਮਾ ਦੀ ਨਜ਼ਰਾਂ 'ਚ ਬੁਰਾ ਹੀ ਆਉਂਦਾ, ਕੁਛ ਵੀ ਨਹੀਂ ਆਉਂਦਾ, ਕੁਛ ਵੀ ਨਹੀਂ ਆਉਂਦਾ, ਕੁਛ ਵੀ ਨਹੀਂ ਆਉਂਦਾ। ਇਹਨੂੰ ਸ਼ੇਖ ਸਾਦੀ ਸਾਹਿਬ ਇੰਜ ਕਹਿੰਦੇ ਨੇ, ਤੂੰ ਦੁਨੀਆ ਦੀ ਨਿਗਾਹਾਂ ਵਿੱਚ ਬਹੁਤ ਚੰਗਾ ਹੋਵੇ ਅਤੇ ਪਰਮਾਤਮਾ ਦੀ ਨਿਗਾਹ ਵਿੱਚ ਮਾੜਾ ਹੋਵੇ, ਇਸ ਨਾਲੋਂ ਇਹ ਬਿਹਤਰ ਹੈ ਕਿ ਤੂੰ ਸਮਾਜ ਦੀ ਨਿਗਾਹ ਵਿੱਚ ਮਾੜਾ ਹੋਵੇ, ਪ੍ਰਭੂ ਦੀ ਨਿਗਾਹ ਵਿੱਚ ਚੰਗਾ ਹੋਵੇ। ਕਿਸ ਨੂੰ ਚੁਣ? ਮਨੁੱਖ ਦੀ ਤਾਂ ਸਾਰੀ ਕੋਸ਼ਿਸ਼ ਹੀ ਹੈ ਸਮਾਜ ਚੰਗਾ ਰਹਿਣਾ, ਜੋ ਸਮਾਜ ਦੇ 'ਚ ਹੈ। ਅਤੇ ਸਮਾਜ ਤਤ ਛਿੰਨ ਫੈਸਲਾ ਕਰਦਾ ਹੈ, ਰਹਿਣਾ ਸਮਾਜ ਦੇ 'ਚ। ਕਰਮ ਜਦ ਕ੍ਰਿਤ ਬਣਦਾ ਹੈ ਉਹਨੂੰ ਸਮਾਜ ਦੇਖਦਾ ਹੈ। ਹੱਥਾਂ ਦੁਆਰਾ ਕ੍ਰਿਤ ਪ੍ਰਗਟ ਹੋਈ, ਜ਼ਬਾਨ ਦੁਆਰਾ ਬੋਲਣਾ ਕ੍ਰਿਤ ਦੇ ਰੂਪ ਵਿੱਚ ਪ੍ਰਗਟ ਹੋਇਆ, ਲੋਕ ਦੇਖਦੇ। ਪਰ ਮਨ ਕੀ ਬੋਲਦਾ ਪਿਆ ਅੰਦਰ, ਸਮਾਜ ਨਹੀਂ ਦੇਖਦਾ, ਦੇਖ ਵੀ ਨਹੀਂ ਸਕਦਾ। ਮਨ ਕੀ ਸੋਚ ਰਿਹਾ ਕਾਨੂੰਨ ਦੇਖ ਵੀ ਨਹੀਂ ਸਕਦਾ, ਸਮਾਜ ਦੇਖ ਵੀ ਨਹੀਂ ਸਕਦਾ। ਐਸਾ ਵੀ ਹੋ ਸਕਦਾ ਤਨ ਸ਼ੁਭ ਕ੍ਰਿਤ ਕਰ ਰਿਹਾ, ਉਸ ਵਿੱਚ ਮਨ ਨਹੀਂ ਹੈ, ਸੰਸਕਾਰ ਨਹੀਂ ਬਣਨਗੇ ਇਸ ਸ਼ੁਭ ਕ੍ਰਿਤ ਦੇ ਅੰਦਰ, ਸੰਸਕਾਰ ਨਹੀਂ ਬਣ, ਇਹ ਲਿਖਿਆ ਹੀ ਨਹੀਂ ਜਾਏਗਾ। ਭਾਵੇਂ ਦਾਨ ਕਰ ਰਿਹਾ, ਪੁੰਨ ਕਰ ਰਿਹਾ, ਬਾਣੀ ਪੜ੍ਹ ਰਿਹਾ, ਸੇਵਾ ਕਰ ਰਿਹਾ, ਮਨ ਨਹੀਂ ਹੈ ਵਿੱਚ, ਇਹਦੇ ਸੰਸਕਾਰ ਨਹੀਂ ਬਣਨਗੇ। ਹੋਰ ਸੁਣ ਲਓ, ਕੁਛ ਬੁਰਾ ਕੀਤਾ ਉਸ ਵਿੱਚ ਮਨ ਨਹੀਂ ਸੀ, ਉਹਦੇ ਵੀ ਸੰਸਕਾਰ ਨਹੀਂ ਬਣਨਗੇ। ਹੋ ਗਿਆ ਬੁਰਾ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਵੀ ਖਰੇ ਅਰਮਾਨ, ਬੋਲਿਆ ਬੁਰਾ ਹੈ, ਪਰਮਾਤਮਾ ਦੀ ਨਿਗਾਹ 'ਚ ਖਰਾ ਹੈ, ਸਮਾਜ ਦੀ ਨਿਗਾਹ 'ਚ ਖੋਟਾ ਹੈ, ਬੁਰਾ ਜੋ ਬੋਲਿਆ, ਭੈੜਾ ਜੋ ਬੋਲਿਆ। ਪਰ ਭੈੜੀ ਜ਼ਬਾਨ ਬੋਲ ਗਈ ਹੈ ਉਸਦੀ, ਉਸ ਵਿੱਚ ਉਸਦਾ ਮਨ ਨਹੀਂ ਸੀ, ਪਸ਼ਚਾਤਾਪ ਕਰ ਰਿਹਾ। ਵੀ ਖਰੇ ਹਰ ਬਾਣੇ, ਕਈ ਦਫ਼ਾ ਐਸਾ ਹੁੰਦਾ ਮਨੁੱਖ ਸਮਾਜ ਦੀ ਨਿਗਾਹ 'ਚ ਖੋਟਾ ਹੁੰਦਾ, ਪ੍ਰਭੂ ਦੀ ਨਿਗਾਹ 'ਚ ਖਰਾ ਹੁੰਦਾ, ਔਰ ਕਈ ਦਫ਼ਾ ਸਮਾਜ ਦੀ ਨਿਗਾਹ ਵਿੱਚ ਖਰਾ ਹੁੰਦਾ, ਗੁਰੂ ਦੀ ਨਿਗਾਹ 'ਚ ਬਿਲਕੁਲ ਖੋਟਾ ਹੁੰਦਾ, ਖੋਟਾ ਹੁੰਦਾ। ਧਾਰਮਿਕ ਪੁਰਸ਼ ਕਹਿੰਦੇ ਨੇ ਤੂੰ ਸਮਾਜ ਦੀ ਦ੍ਰਿਸ਼ਟੀ 'ਚ ਖਰਾ ਹੋਵੇਂ, ਬਿਹਤਰ ਹੈ ਤੂੰ ਸਮਾਜ ਦੀ ਦ੍ਰਿਸ਼ਟੀ 'ਚ ਖੋਟਾ ਹੋਵੇਂ, ਪ੍ਰਭੂ ਦੀ ਨਿਗਾਹ 'ਚ ਖਰਾ ਹੋਵੇਂ, ਬਿਹਤਰ ਹੈ, ਇਹ ਚੁਣਾਉ ਕਰ। ਇਸ ਚੁਣਾਉ ਵਾਸਤੇ ਬੜੀ ਹਿੰਮਤ ਚਾਹੀਦੀ ਹੈ। ਮਨੁੱਖ ਬਹੁਤ ਕੁਝ ਜੋ ਕਰਦਾ ਹੈ ਸਮਾਜ ਨੂੰ ਖੁਸ਼ ਕਰਨ ਵਾਸਤੇ ਕਰਦਾ ਹੈ। ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਕਬ ਕੋ ਲੋਗਨ ਕੋ ਪਤਿਆ ਹੋਵੇ,
कब को लोगन को पते आवे, लोक पतीणे ना पत होवे। जन नानक हिरदे सद ध्याओ ता जय जय करे सब को। की लोगों नु खुश करने वास्ते चले हैं? कभी बगौर मुताला करोगे और ये आंकड़े सही ने, 99% मनुख जो कुछ करते ने समाज नु खुश करने वास्ते, समाज की निगाह खरा बनन वास्ते। और जितना समाज की निगाह खरा होने की कोशिश करते ने उतना ही गुरु की निगाह खोटे होंगे। ये कोई प्रमाण नहीं है कि जो समाज की निगाह चंगा है वह परमात्मा की निगाह च भी चंगा होगा। ये कोई सबूत नहीं है, ये कोई प्रमाण नहीं है, इतनी मैर्ज करते हैं। और ये भी कोई प्रमाण नहीं जो समाज की निगाह खोटा है वह परमात्मा की निगाह च भी खोटा होगा। ये कोई प्रमाण नहीं। इत परमात्मा का फैसला है, जो कर्म मन नाल कीता जांदा है उसे दे संस्कार बनते, दूजे दे नहीं बनते, बनते ही नहीं। करीबन करीबन जद भी कोई मनुख बुरा करता है उस विच मन पूरा होंदा है। क्यों? सावधानी चाहिदी है, मन पूरा चाहिदा है। समाज देखे ना, कानून देखे ना, पकड़ा जावांगा। हर बुरे कर्म विच मनुख की सावधानी पूरी आती है। चोर पूरा सावधान आता है चोरी करन लगे। कातल पूरा सावधान आता है कतल करन लगे, पकड़िया गया तो फांसी, उम्र भर की जेल, पूरा सावधान आता है, बड़ा सावधान आता है। बेईमानी करण वे ठगी करण विच मनुख की सावधानी पूरी आती है। वाहिगुरु वाहिगुरु जपदा पे कोई सावधानी नहीं, कीर्तन सुनदा पे सावधानी कोई नहीं। तो चोरी दे संस्कार बन जाते हैं, कीर्तन दे नहीं बनते। बेईमानी दे संस्कार बन जाते हैं, वाहेगुरु वाहेगुरु आखण दे संस्कार नहीं बनते। क्यों? उस विच मन नहीं सी, सावधानी ही नहीं सी। गुरु तेग बहादुर साहब जी महाराज कहते हैं, मन कर कभू ना हर गुण गायो। गांदा पे पाठ करदा पे मन तो उस विच है नहीं, संस्कार नहीं बनन गए। मन कर कभू ना हर गुण गायो, बिखिया सकत रहो निसबासर, कीनो अपनो पायो। मन उसे ही कर्म दे चाहुंदा है जिस चो प्रभावत है, मन उसे ही कर्म दे चाहुंदा है जिस चो लाभ है। अगर बुरे कर्म दे च लाभ है ता मनुख बुरा करेगा, अगर पता चल जाए शुभ कर्म दे च लाभ है ता करेगा, मनोरथ लाभ है। और लाभ भी सिर्फ दुनियावी, कोई अध्यात्मक नहीं, कोई परमात्म नहीं। दुनियावी लाभ है तो शुभ कर दे, नहीं तो नहीं करते। अगर अशुभ करके भी दुनियावी लाभ हो सकता है तो कर दे, करना है। मूल ते लाभ दी गल है। आप सुन के हैरान हो गए, स्वाभाविक सामने मेरे वाक आ गया। भारत दे प्राचीन ऋषि मुनिया दी वंड दे मुताबक चार वरण बनते हैं। वो जिहड़ी वंड कीती सी उन्होंने जात पात करके नहीं कीती सी। जिहड़ा अपने सिर दी वरतों बहुत ज्यादा करे, बड़ा सोचे, जबान दे अगे उसकी सोचनी होवे, जबान पिछे होवे, पैरां दे अगे भी उसकी अकल होवे, पैर अगे ना होन। मूर्ख मनुख पैर अगे ने अगल पिछे है, कदम पहले पुट लेंदा सोचदा बाद देच है। सियाणा अकल अगे कदम पिछे, सोचदा पहले कदम बाद देच रखदा। सियाणा मनुख सोचदा पहले बोलदा बाद देच है,
ਸਿਆਣਾ ਮਨੁੱਖ ਕਰਦਾ ਬਾਅਦ ਵਿੱਚ ਹੈ, ਸੋਚਦਾ ਪਹਿਲੇ। ਮੂੜ ਕਰਦਾ ਪਹਿਲੇ, ਸੋਚਦਾ ਬਾਅਦ ਵਿੱਚ ਹੈ। ਇਹ ਪਹਿਚਾਣ। ਜਿਹੜਾ ਹਰ ਕਰਮ ਵਿੱਚ ਅਕਲ ਨੂੰ ਅੱਗੇ ਰੱਖਦਾ ਹੈ, ਸਿਰ ਨੂੰ ਅੱਗੇ ਰੱਖਦਾ ਹੈ, ਔਰ ਜਿਸਦਾ ਸਿਰ ਬਹੁਤ ਮਜ਼ਬੂਤ ਹੈ, ਉਹਨੂੰ ਬ੍ਰਾਹਮਣ ਆਖਿਆ ਗਿਆ। ਇਹ ਬ੍ਰਾਹਮਣ ਹੈ। ਬ੍ਰਾਹਮਣ ਕੋਈ ਜ਼ਾਤ ਨਹੀਂ ਸੀ। ਇਹ ਗੱਲ ਵੱਖਰੀ ਹੈ ਕਿ ਉਸ ਵਰਗ ਦੇ ਬੰਦਿਆਂ ਨੂੰ ਬ੍ਰਾਹਮਣ ਆਖਿਆ ਗਿਆ, ਬਹੁਤਾਤ ਵਿੱਚ ਜ਼ਾਤ ਮੰਨ ਲਈ ਗਈ, ਵਰਨਾ ਇਹ ਜ਼ਾਤ ਨਹੀਂ ਹੈ। ਗੁਰਬਾਣੀ ਜ਼ਾਤ ਨਹੀਂ ਮੰਨਦੀ। ਗੁਰਬਾਣੀ ਕੀ ਕਹਿੰਦੀ? ਬ੍ਰਹਮ ਬਿੰਦੇ ਸੇ ਬ੍ਰਾਹਮਣਾ, ਜੋ ਬ੍ਰਹਮ ਦਾ ਚਿੰਤਨ ਕਰਦਾ ਹੈ ਬ੍ਰਾਹਮਣ। ਹੋਰ ਕਿਸ ਨੂੰ ਆਖ? ਕਹੋ ਕਬੀਰ ਜੋ ਬ੍ਰਹਮ ਵਿਚਾਰੇ, ਸੋ ਬ੍ਰਾਹਮਣ ਕਈਅਤ ਹੈ ਹਮਾਰੇ। ਜੋ ਬ੍ਰਹਮ ਦੇ ਵਿਚਾਰ ਕਰਦਾ ਹੈ ਬ੍ਰਾਹਮਣ। ਵੇਦ ਸ਼ਬਦੰ ਬ੍ਰਾਹਮਣ ਹੈ, ਵਿਦਿਆ ਦੀ ਵਿਚਾਰ ਕਰਦਾ ਹੈ, ਸੋਚਦਾ ਹੈ ਬ੍ਰਾਹਮਣ। ਸਿਰ ਨੂੰ ਅੱਗੇ ਕਰਦਾ ਹੈ ਬ੍ਰਾਹਮਣ। ਹੱਥ ਅੱਗੇ ਨੇ, ਹੱਥਾਂ 'ਚ ਤਾਕਤ ਹੋਣੀ ਚਾਹੀਦੀ, ਸਿਰ ਵਿੱਚ ਨਹੀਂ ਹੈ ਤੇ ਨਾ ਸਹੀ। ਹੱਥ ਮਜ਼ਬੂਤ ਹੋਣੇ ਚਾਹੀਦੇ। ਮੇਰੇ ਦੋ ਹੱਥ ਇਤਨੇ ਮਜ਼ਬੂਤ ਹੋਵਨ, 1000 ਹੱਥਾਂ ਨੂੰ ਜਕੜ ਕੇ ਰੱਖ ਦੇਣ। ਪਤਾ ਹੈ ਭਾਰਤ ਵਿੱਚ ਇੱਕ ਐਸਾ ਪੁਰਸ਼ ਹੋਇਆ ਜਿਹਦਾ ਨਾਂ ਸੀ ਸਹਿਨ ਸਰ ਬਾਹੂ। ਸਹਿਨ ਸਰ ਬਾਹੂ, ਸਹੰਸ ਕਹਿੰਦੇ ਨੇ ਹਜ਼ਾਰ ਨੂੰ, ਹਜ਼ਾਰ ਬਾਹਾਂ ਵਾਲਾ। ਮਿਥਿਹਾਸ ਦੇ ਵਿੱਚੋਂ ਸੱਚਾਈ ਕੱਢਣੀ ਪਏਗੀ। ਹਜ਼ਾਰ ਬਾਹਾਂ ਇੱਕੋ ਹੀ ਮਨੁੱਖ ਦੀਆਂ ਹੋਣ ਤਾਂ ਮੇਰੇ ਖਿਆਲ ਸਾਰਾ ਹਾਲ ਕਮਰੇ 'ਚੋਂ ਇਕੱਲਾ ਹੀ ਬੈਠ ਸਕੇਗਾ। ਹਜ਼ਾਰ ਬਾਹਾਂ ਬਹੁਤ ਵੱਡਾ ਸਰੀਰ ਚਾਹੀਦਾ, ਹਜ਼ਾਰ ਬਾਹਾਂ। ਪਰ ਮੈਂ ਇਸ ਕਰਾਂ ਸੱਚਾਈ ਹੈ, ਹੁੰਦੇ ਨੇ ਸਹਿਨ ਸਰਵਾਓ, ਹੈਨ ਤੇ ਉਸਦੇ ਕੋਲ ਦੋ ਹੱਥ, ਪਰ ਉਹਦੇ ਕੋਲ ਹਜ਼ਾਰਾਂ ਹੱਥ ਜੁੜੇ ਹੁੰਦੇ, ਜੋੜ ਕੇ ਖੜੇ ਹੁੰਦੇ। ਉਹਦੇ ਦੋ ਹੱਥ ਹਜ਼ਾਰਾਂ ਹੱਥਾਂ ਨੂੰ ਬੰਨ ਕੇ ਰੱਖ ਦਿੰਦੇ। ਉਹਦੇ ਦੋ ਹੱਥ ਹਜ਼ਾਰਾਂ ਦੇ ਸਿਰਾਂ ਨੂੰ ਝੁਕਾ ਕੇ ਰੱਖ ਦਿੰਦੇ। ਸਹਿਨ ਸਰਬਾਹੋ, ਹਰ ਮਨੁੱਖ ਦੀ ਕੋਸ਼ਿਸ਼ ਹੈ ਮੇਰੀਆਂ ਦੋ ਬਾਹਾਂ ਦੇ 'ਚ ਹਜ਼ਾਰਾਂ ਬਾਹਾਂ ਦਾ ਬਲ ਹੋ। ਸਹਿਨ ਸਰਬਾਹੋ, ਕੌਣ ਨਹੀਂ ਬਣਨਾ ਚਾਹੁੰਦਾ? ਸਭ ਕੁਛ ਮੇਰੇ ਹੱਥਾਂ 'ਚ ਹੋਵੇ, ਸਭ ਕੁਛ ਮੇਰੀ ਮੁੱਠੀ ਦੇ 'ਚ ਹੋਵੇ। ਮੁਗਲ ਸ਼ਹਿਨਸ਼ਾਹ 'ਤੇ ਆਪਣਾ ਤਖੱਲਸ ਹੀ ਇਸਦਾ ਇਸੇ ਤਰ੍ਹਾਂ ਰੱਖਦੇ ਰਹੇ। ਜਹਾਂਗੀਰ, ਸਾਰਾ ਜਹਾਨ ਮੇਰੀ ਪਕੜ ਵਿੱਚ, ਮੇਰੀ ਮੁੱਠੀ ਦੇ 'ਚ। ਅਕਬਰ, ਜਲਾਲੂਦੀਨ ਤੇ ਨਾਮ ਸੀ ਅਕਬਰ। ਪਤਾ ਅਕਬਰ ਕਿਸ ਨੂੰ ਕਹਿੰਦੇ ਨੇ? ਅਕਬਰ ਦੇ ਅੱਖਰ ਸਭ ਤੋਂ ਵੱਡਾ। ਇਸੇ ਵਾਸਤੇ ਮੁਸਲਮਾਨ ਕਹਿੰਦੇ ਅੱਲਾਹ ਅਕਬਰ, ਅੱਲਾਹ ਹੀ ਅਕਬਰ ਹੈ, ਹੋਵੇਗਾ ਅੱਲਾਹ ਅਕਬਰ। ਜਲਾਲੂਦੀਨ ਨੇ ਕਿਹਾ ਮੈਂ ਅਕਬਰ, ਗੱਲ ਖਤਮ। ਜਲਾਲੂਦੀਨ ਅਕਬਰ, ਕੌਣ ਨਹੀਂ ਅਕਬਰ ਬਣਨਾ ਚਾਹੁੰਦਾ? ਕੌਣ ਸਾਰਿਆਂ ਤੋਂ ਵੱਡਾ ਨਹੀਂ ਬਣਨਾ ਚਾਹੁੰਦਾ? ਔਰ ਇਹ ਹੰਕਾਰ ਸ਼ਿਖਰ 'ਤੇ ਹੋਵੇ ਤਾਂ ਮਨੁੱਖ ਚਾਹੁੰਦਾ ਹੈ ਖੁਦਾ ਨੂੰ ਵੀ ਛੋਟਾ ਦਿਖਾਉਣਾ ਹੈ। ਹੰਕਾਰ ਵੀ ਐਸਾ ਕਰਦਾ, ਹਰਨਾਕਸ਼ ਨੇ ਕੀਤਾ ਸੀ, ਰੱਬ ਕੀ ਆਉਂਦਾ, ਮੈਂ ਖੁਦ ਰੱਬ ਹਾਂ। ਐਸਾ ਕੀਤਾ ਸੀ ਨਮਰੂਦ ਨੇ, ਖੁਦਾ ਕੀ ਆਉਂਦਾ, ਮੈਂ ਖੁਦ ਖੁਦਾ ਹਾਂ ਕੀਤਾ ਸੀ ਉਸਨੇ। ਹੱਥ ਇਤਨੇ ਮਜ਼ਬੂਤ ਹੋਵਨ, ਸਾਰੇ ਹੱਥ ਮੇਰੇ ਅੱਗੋਂ ਜੁੜੇ ਹੋਵਨ। ਹੱਥਾਂ ਵਿੱਚ ਇਤਨੀ ਤਾਕਤ ਹੋਵੇ, ਹਜ਼ਾਰਾਂ ਸਿਰ ਮੇਰੇ ਅੱਗੋਂ ਝੁਕ ਜਾਵਣ। ਸਹਿਨ ਸਰਬਾਹੋ। ਇੱਕ ਉਰਦੂ ਦਾ ਸ਼ਾਇਰ ਕਹਿੰਦਾ, ਕਿਸੀ ਕੇ ਏਕ ਆਸੂ ਪਰ ਹਜ਼ਾਰੋਂ ਦਿਲ ਤੜਪਤੇ ਹੈ, ਕਿਸੀ ਕਾ ਉਮਰ ਭਰ ਰੋਣਾ ਯੂੰ ਹੀ ਬੇਕਾਰ ਜਾਤਾ। ਇੱਕ ਹੰਝੂ ਨਿਕਲਿਆ, ਹਜ਼ਾਰਾਂ ਦਿਲ ਰੋ ਉੱਠੇ ਨੇ। ਸਾਰੀ ਜ਼ਿੰਦਗੀ ਕੋਈ ਰੋਂਦਾ ਰਿਹਾ, ਕਿਸੇ ਨੇ ਪੁੱਛਿਆ ਵੀ ਨਹੀਂ ਕਿਉਂ ਰੋਂਦਾ, ਕਿਉਂ ਰੋਂਦਾ।
ਸਹਿੰਸਰ ਬਾਹੂ, ਦੋ ਹੱਥਾਂ ਵਿੱਚ ਬਹੁਤ ਵੱਡੀ ਤਾਕਤ। ਇਸ ਤਰ੍ਹਾਂ ਦੀ ਸ਼ਕਤੀ ਦਾ ਜੋ ਮੁਤਲਾਸ਼ੀ ਹੋਵੇ ਅਤੇ ਹੱਥਾਂ ਨੂੰ ਹੀ ਮਜ਼ਬੂਤ ਕਰਨਾ ਚਾਹੇ, ਉਹਨੂੰ ਕਹਿੰਦੇ ਸਨ ਖੱਤਰੀ ਛੱਤਰੀ। ਛੱਤਰੀ ਦੇ ਅਖਰੀ ਅਰਥ ਵਿੱਚ ਸ਼ਸਤਰ ਜਿਸਦੇ ਹੱਥ 'ਚ, ਸ਼ਕਤੀ ਜਿਸਦੇ ਹੱਥ 'ਚ, ਛੱਤਰੀ। ਇਹਦਾ ਅਪਰ ਭ੍ਰੰਸ਼ ਹਿੰਦੀ ਪੰਜਾਬ ਵਿੱਚ ਖੱਤਰੀ ਅਸੀਂ ਕਹਿ ਦਿੰਦੇ ਹਾਂ, ਵਰਨਾ ਲਫ਼ਜ਼ ਸੰਸਕ੍ਰਿਤ ਦਾ ਛੱਤਰੀ, ਸ਼ਸਤਰ ਜਿਹਦੇ ਕੋਲ ਹੈ, ਸ਼ਕਤੀ ਜਿਹਦੇ ਕੋਲ ਹੈ, ਛੱਤਰੀ। ਹੱਥ ਬੜੇ ਮਜ਼ਬੂਤ ਨੇ, ਹੱਥਾਂ 'ਚ ਬੜੀ ਤਾਕਤ ਹੈ। ਇਹ ਦੋ ਹੱਥ ਹਜ਼ਾਰਾਂ ਹੱਥਾਂ ਨੂੰ ਮਜਬੂਰ ਕਰ ਸਕਦੇ ਨੇ ਹੱਥ ਜੋੜਨ 'ਤੇ। ਇਹ ਦੋ ਹੱਥ ਇਤਨੇ ਮਜ਼ਬੂਤ ਨੇ ਹਜ਼ਾਰਾਂ ਸਿਰਾਂ ਨੂੰ ਝੁਕਾ ਸਕਦੇ ਨੇ। ਛੱਤਰੀ ਫਿਰ ਜਿਹੜਾ ਬਾਰੀਕ ਕੰਮ ਨਾ ਕਰ ਸਕੇ, ਅਕਲ ਨੂੰ ਅੱਗੇ ਕਰਨਾ ਉਹਦਾ ਸਵਾਲ ਹੈ। ਹੱਥਾਂ ਨੂੰ ਮਜ਼ਬੂਤ ਕਰਨਾ ਵੀ ਉਹਦਾ ਸਵਾਲ ਹੈ। ਹਰ ਵਕਤ ਭਾਰੀ ਵਜ਼ਨੀ ਕੰਮ ਦੇ 'ਚ ਆਪਣੇ ਆਪ ਨੂੰ ਲਾਈ ਰੱਖਣਾ। ਜੈਸੇ ਸਾਰੇ ਸਰੀਰ ਦਾ ਵਜ਼ਨ, ਸਿਰ ਦਾ, ਹੱਥਾਂ ਦਾ, ਪੇਟ ਦਾ ਕੌਣ ਚੁੱਕਦੇ ਨੇ? ਪੈਰ। ਜ਼ਾਤ ਨਹੀਂ ਹੈ ਸ਼ੂਦਰ, ਕੋਈ ਯਾਤ ਨਹੀਂ ਹੈ, ਪੈਰ ਸ਼ੂਦਰ ਨੇ। ਪਰ ਸ਼ੂਦਰ ਦੀ ਮਾਨਤਾ ਹੈ, ਸਿਰ ਨਹੀਂ ਪੂਜਿਆ ਜਾਂਦਾ, ਹੱਥ ਨਹੀਂ ਪੂਜੇ ਜਾਂਦੇ, ਚਰਨ ਨਹੀਂ ਪੂਜੇ ਜਾਂਦੇ। ਇਹ ਵੀ ਮਹਿਸ ਕਰਦੇ ਹਾਂ, ਭਾਰ ਚੁੱਕਦੇ, ਪੇਟ ਦਾ ਵੀ ਭਾਰ ਚੁੱਕਿਆ, ਹੱਥਾਂ ਦਾ ਵੀ ਭਾਰ ਚੁੱਕਿਆ, ਸਿਰ ਦਾ ਵੀ ਭਾਰ ਚੁੱਕਿਆ। ਵਜ਼ਨੀ ਕੰਮ, ਭਾਰੀ ਕੰਮ ਇਹ ਨਾ ਕਰਨ, ਸਾਰਾ ਸੰਸਾਰ ਰੁਕ ਜਾਏਗਾ। ਕੋਈ ਮਕਾਨ ਨਾ ਬਣਾਵੇ, ਕੋਈ ਮੋਏ ਡੋਰਾਂ ਦੀ ਖੱਲ ਨਾ ਲਾਵੇ, ਜੁੱਤੀਆਂ ਨਾ ਬਣਾਵੇ, ਕੱਪੜਾ ਨਾ ਬਣਾਵੇ, ਇੱਟਾਂ ਨਾ ਬਣਾਵੇ। ਇਹ ਸਭ ਵਜ਼ਨੀ ਕੰਮ ਸਨ, ਭਾਰੀ ਕੰਮ ਸਨ। ਤੋ ਸਿਰਫ ਸਿਰ ਵਾਲਾ ਕਿੱਥੇ ਰਵੇਗਾ? ਸਿਰਫ ਹੱਥਾਂ ਵਾਲੇ ਦੀਆਂ ਲੋੜਾਂ ਕਿੱਥੋਂ ਪੂਰੀਆਂ ਹੋਣਗੀਆਂ? ਇਸ ਵਾਸਤੇ ਜਿਨ੍ਹਾਂ ਜਿਨ੍ਹਾਂ ਮੁਲਕਾਂ ਸ਼ੂਦਰ ਦਾ ਕਿਰਤੀ ਬੰਦੇ ਦਾ ਸਤਿਕਾਰ ਹੋਇਆ, ਸਨਮਾਨ ਹੋਇਆ, ਉੱਥੇ ਉੱਥੇ ਕਿਰਤ ਕਰਕੇ ਧਨ ਵੱਧ ਗਿਆ। ਭਾਰਤ ਦਾ ਮੁਫਲਿਸ ਹੋਣਾ ਕਾਰਨ ਦੋ ਸਨ। ਇੱਕ ਤਾਂ ਇੱਕ ਹਜ਼ਾਰ ਸਾਲ ਦੀ ਗੁਲਾਮੀ, ਦੂਸਰਾ ਕਿਰਤੀ ਬੰਦਾ ਸ਼ੂਦਰ ਹੈ, ਜੁਲਾਹਾ ਸ਼ੂਦਰ ਹੈ, ਚਮਾਰ ਸ਼ੂਦਰ ਹੈ, ਰਾਜ ਮਿਸਤਰੀ ਸ਼ੂਦਰ ਹੈ, ਲੋਹਾਰ ਸ਼ੂਦਰ ਹੈ, ਦਰਕਾਨ ਸ਼ੂਦਰ, ਸਭ ਸ਼ੂਦਰ ਜੋ ਕਿਰਤ ਕਰਦੇ ਨੇ। ਅਤੇ ਧਨ ਤਾਂ ਕਿਰਤ ਨਾਲ ਆਏਗਾ, ਕਿਰਤੀ ਸ਼ੂਦਰ। ਪਛੜ ਗਿਆ ਦੇਸ਼, ਨਹੀਂ ਤਾਂ ਦੇਸ਼ ਸਾਰੀ ਦੁਨੀਆਂ ਦੇ ਦੇਸ਼ਾਂ ਨਾਲੋਂ ਅੱਗੇ ਸੀ। ਮੰਗੋਲ ਵੀ ਭਾਰਤ ਗਏ ਆਪਣੀ ਉਧਰ ਪੂਰਤੀ ਲਈ, ਈਰਾਨ ਗਿਆ, ਅਫਗਾਨਿਸਤਾਨ ਗਿਆ, ਅਰਬ ਗਿਆ, ਫਰੈਂਚ ਗਏ, ਡੱਚ ਗਏ, ਪੁਰਤਗੇਜ਼ ਗਏ, ਅੰਗਰੇਜ਼ ਗਏ। ਸਾਰਿਆਂ ਦੀ ਨਿਗਾਹ ਵਿੱਚ ਭਾਰਤ ਸੀ, ਉਹ ਕੇਂਦਰ ਸੀ, ਜੈਸੇ ਅੱਜ ਸਾਰਿਆਂ ਦੀ ਨਿਗਾਹ 'ਚ ਅਮੈਰੀਕਾ ਬਣਿਆ ਹੋਇਆ। ਅਮੈਰੀਕਾ ਤੋਂ ਵੀ ਵੱਧ ਸੀ ਭਾਰਤ। ਮੰਗੋਲ ਉੱਥੇ ਹੀ ਆਏ, ਡੱਚ ਉੱਥੇ ਹੀ ਆਏ, ਪੁਰਤਗੇਜ਼ ਉੱਥੇ ਹੀ ਆਏ, ਅਫਗਾਨੀ ਉੱਥੇ ਆਏ, ਉਜ਼ਬੇਕਿਸਤਾਨੀ ਔਰ ਟਰਕਸ਼ ਤੁਰਕੀ ਦੇ ਲੋਕ, ਇਰਾਨੀ, ਅਰਬੀਅਨ, ਅੰਗਰੇਜ਼, ਫਰੈਂਚ, ਸਭ ਦੀ ਉਧਰ ਪੂਰਤੀ ਦਾ ਕੇਂਦਰ ਭਾਰਤ ਸੀ, ਸੋਨੇ ਦੀ ਚਿੜੀਆ ਸੀ। ਇੱਕ ਹਜ਼ਾਰ ਸਾਲ ਦੀ ਗੁਲਾਮੀ ਔਰ ਇੱਕ ਹਜ਼ਾਰ ਸਾਲ ਤੱਕ ਲੁਟੇਰੇ ਲੁੱਟਦੇ ਰਹੇ। ਹੁਣ ਵੀ ਤੁਸੀਂ ਚਲੇ ਜਾਓ ਲੰਡਨ ਮਿਊਜ਼ੀਅਮ ਵਿੱਚ, ਕਲਗੀ ਅਤੇ ਗੁਰੂ ਗੋਬਿੰਦ ਸਿੰਘ ਦੀ ਪਈ ਹੈ ਨਾ, ਸੋਨੇ ਦੇ ਰੱਥ, ਵੱਡੇ ਵੱਡੇ ਥਾਲ ਭਾਰਤ ਤੋਂ ਲਿਆਂਦੇ ਪਏ ਨੇ, ਲਿਖਿਆ ਆ ਉੱਥੇ। ਕੋਹਨੂਰ ਹੀਰਾ ਭਾਰਤ ਤੋਂ ਲਿਆਂਦਾ ਉੱਥੇ ਪਿਆ। ਇਹ ਭਾਰਤ ਤੋਂ ਲਿਆਂਦੀਆਂ ਚੀਜ਼ਾਂ ਲੰਡਨ ਮਿਊਜ਼ੀਅਮ ਦੇ ਚੋਂ ਕੱਢ ਦਈਏ ਅਤੇ ਰਹਿੰਦਾ ਕਿ ਉੱਥੇ ਕੱਖ ਕੁਛ ਵੀ ਨਹੀਂ ਰਹਿੰਦਾ। ਹਜ਼ਾਰਾਂ ਪਾਉਂਡ ਦੀ ਆਮਦਨ ਹੈ, 10 ਪਾਉਂਡ ਟਿਕਟ ਹੈ, ਜਾ ਕੇ ਦੇਖੋ। ਕੋਹਨੂਰ ਹੀਰਾ, ਸੋਨੇ ਦੇ ਥਾਲ, ਸੋਨੇ ਦੇ ਰੱਥ, ਹੀਰੇ ਮੋਤੀ,
ਇਹ ਸਭ ਉੱਥੋਂ ਲਿਆਂਦਾ। ਇਰਾਨੀ ਲੁੱਟਦੇ ਰਹੇ, ਤਖ਼ਤੇ ਤਾਓਸ ਹਿੰਦੁਸਤਾਨ ਤੋਂ ਲੁੱਟ ਕੇ ਲੈ ਗਿਆ ਨਾਦਰ ਸ਼ਾਹ, ਉਜ਼ਬੇਕਿਸਤਾਨੀ ਲੁੱਟਦੇ ਰਹੇ, ਤੁਰਕਮੇਨਿਸਤਾਨੀ ਲੁੱਟਦੇ ਰਹੇ, ਇਰਾਨੀ ਲੁੱਟਦੇ ਰਹੇ, ਅਫਗਾਨੀ ਲੁੱਟਦੇ ਰਹੇ, ਫਿਰ ਅਰਬੀਅਕ ਆਏ, ਫਰੈਂਚ ਆਏ, ਡੱਚ ਆਏ, ਪੁਰਤਗੇਜ਼ ਆਏ, ਫਿਰ ਅੰਗਰੇਜ਼ ਆਏ। 1000 ਸਾਲ ਤੱਕ ਲੁੱਟਦੇ ਰਹੇ। 1000 ਸਾਲ ਤੱਕ ਜਿਸ ਨੂੰ ਲੁੱਟਿਆ ਜਾਏ ਤਾਂ ਰਹਿ ਕੀ ਜਾਏਗਾ ਫਿਰ, 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 ਰਹਿ ਕੀ ਜਾਏਗਾ ਫਿਰ।